ਬਟਾਲਾ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਟਾਲਾ ਪੁਲਿਸ ਜ਼ਿਲ੍ਹਾ ਦੇ ਅਧੀਨ ਆਉਂਦੇ ਪਿੰਡ ਸੇਖਵਾਂ ਵਿਖੇ ਗੋਲੀ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਆਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਾਰਾ ਮਸਲਾ ਕੀ ਹੈ। ਸੁਰਜੀਤ ਸਿੰਘ ਵਾਸੀ ਹਿਮਾਚਲ ਜੋ ਕਿ ਠੇਕੇ ਤੇ ਇੱਕ ਨੌਕਰੀ ਕਰਦਾ ਹੈ, ਉਸਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਦੋ ਵਿਅਕਤੀ ਆਉਂਦੇ ਹਨ ਤੇ ਸ਼ਰਾਬ ਦੀ ਡਿਮਾਂਡ ਕਰਦੇ ਹਨ ਤੇ ਕਹਿੰਦੇ ਹਨ ਕਿ ਠੇਕਾ ਖੋਲੋ। ਉਹਨੇ ਠੇਕਾ ਖੋਲ ਜਦ ਠੇਕਾ ਖੋਲਿਆ ਤੇ ਥੱਲਿਓਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ, ਦੋ ਗੋਲੀਆਂ ਉਹਦੇ ਵੱਜੀਆਂ ਤੇ ਵਿਅਕਤੀ ਫਰਾਰ ਹੋ ਗਏ। ਉਸਨੇ ਮੌਕੇ ਤੇ ਆਪਣੇ ਮਾਲਕਾਂ ਨੂੰ ਫੋਨ ਕਰਕੇ ਸੱਦਿਆ, ਆਉਂਦਿਆਂ ਹੀ ਮਾਲਕਾਂ ਨੇ ਉਹਨੂੰ ਸਿਵਲ ਹਸਪੀਟਲ ਬਟਾਲਾ ਵਿਖੇ ਐਡਮਿਟ ਕਰਵਾ ਦਿੱਤਾ। ਜਦਕਿ ਜਦੋਂ ਅਸੀਂ DSP BK ਸਿੰਘਲਾ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ 'ਚ ਹੈ, ਜਲਦ ਹੀ ਤਫਤੀਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਏਗੀ। ਹੁਣ ਮਸਲਾ ਇਹ ਹੈ ਕਿ ਬਟਾਲੇ ਵਿੱਚ ਆਏ ਦਿਨ ਹਥਿਆਰਾਂ ਦੀ ਨੋਕ ਤੇ ਕਦੀ ਕਾਰਾਂ ਲੁੱਟੀਆਂ ਜਾ ਰਹੀਆਂ ਨੇ, ਕਦੀ ਆ ਕੇ ਠੇਕੇ ਤੇ ਆ ਕੇ ਇਹ ਵਾਰਦਾਤ ਕੀਤੀ ਜਾ ਰਹੀ ਆ। ਬਟਾਲਾ ਜ਼ਿਲ੍ਹਾ ਇਹ ਹਥਿਆਰਬੰਦ ਵਿਅਕਤੀਆਂ ਦੇ ਕਾਰਨ ਸੁਰਖੀਆਂ 'ਚ ਹੈ। ਹੁਣ ਦੇਖਦੇ ਹਾਂ ਕਿ ਪੁਲਿਸ ਇੱਥੇ ਕੀ ਕਾਰਵਾਈ ਕਰਦੀ ਹੈ, ਕਿੰਨੀ ਰੋਕ ਲਾਉਂਦੀ ਆ, ਇਹ ਇੱਕ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਹੈ। ਹਾਂਜੀ, ਕੀ ਨਾਮ ਤੁਹਾਡਾ? ਸੁਰਜੀਤ ਸਿੰਘ। ਕੀ ਹੋਇਆ ਤੁਹਾਡਾ? ਬੰਦੇ ਆਏ ਦੋ। ਹਾਂਜੀ, ਕਿੱਥੇ ਆਏ? ਠੇਕੇ ਸੁਰਜੀਤ ਸਿੰਘ ਸੇਖਵਾਂ ਠੇਕੇ। ਕੀ ਨਾਮ ਹੈ ਤੁਹਾਡਾ? ਸੁਰਜੀਤ ਸਿੰਘ। ਪੁੱਤਰ? ਸ਼੍ਰੀ ਵਿਆਸ ਦੇਵ। ਪਿੰਡ ਕਿਹੜਾ ਆਪਣਾ? ਹਿਮਾਚਲ। ਹਿਮਾਚਲ? ਹਾਂਜੀ ਭਾਈ। ਤੁਸੀਂ ਇੱਥੇ ਕੀ ਕਰ ਰਹੇ ਹੋ? ਠੇਕੇ ਤੇ ਨੌਕਰੀ। ਕਿਹੜੇ ਠੇਕੇ ਤੇ? ਸੇਖਵਾਂ। ਸੇਖਵਾਂ ਠੇਕੇ, ਸ਼ਰਾਬ ਠੇਕੇ ਤੇ? ਹਾਂਜੀ ਹਾਂ। ਠੀਕ ਹੈ, ਕੀ ਗੱਲ ਹੋਈ ਹੈ? ਰਾਤ ਨੂੰ ਬੰਦੇ ਦੋ ਆਏ ਮੇਰੇ ਕੋਲ। ਕਿੰਨੇ ਵਜੇ ਦੇ ਟਾਈਮ? 10:15 ਦਾ ਸਮਾਂ। 10:15 ਦਾ ਟਾਈਮ? ਹਾਂਜੀ। ਤੇ ਮੈਨੂੰ ਕਹਿੰਦੇ ਤਾਲਾ ਖੋਲ, ਮੈਂ ਜੰਗਲਾ ਹੀ ਲੱਗਾ ਤੇ ਮੈਂ ਬੈਠਾ ਸੀ ਉੱਤੇ ਬੈਂਚ ਤੇ, ਜੰਗਲਾ ਲੱਗਾ ਸੀ ਤੇ ਜੰਗਲੇ ਦਾ ਤਾਲਾ ਲੱਗਾ ਸੀ, ਕਹਿੰਦੇ ਤਾਲਾ ਖੋਲ, ਮੈਂ ਤੁਸੀਂ ਲੈਣਾ ਕੀ ਸੀ? ਕਹਿੰਦੇ ਤੈਨੂੰ ਕਿਹਾ ਤਾਲਾ ਖੋਲ ਵੀ, ਮੈਂ ਤਾਲਾ ਖੋਲ ਲੈਣਾ। ਉਹਨਾਂ ਤਾਲੇ ਇੱਦਾਂ ਕਰਕੇ ਥੱਲੇ ਨੂੰ ਗੋਲੀਆਂ ਚਲਾ ਦੀਆਂ ਅਤੇ ਮੇਰੇ ਦੋ ਗੋਲੀਆਂ ਲੱਗ ਗਈਆਂ। ਗੋਲੀ ਕਿੱਥੇ ਲੱਗੀ? ਇੱਕ ਆ ਲੱਤ ਦੇ ਕੇ। ਕਿੰਨੇ ਵਜੇ ਭਾਈ? ਦੋ ਵਜੇ। ਟਾਈਮ ਕਿੰਨੇ ਵਜੇ ਦਾ ਸੀ? 10:15 ਵਜੇ। 10:15 ਦਾ। ਉਸ ਤੋਂ ਬਾਅਦ? ਉਸ ਤੋਂ ਬਾਅਦ ਫੋਨ ਕੀਤਾ ਆਪਣੇ ਟੇਕਿਆਂ ਨੇ, ਉਹਨੂੰ ਲਾਈਟ 'ਤੇ ਲਿਆ ਦਿੰਦਾ ਮੈਨੂੰ। ਠੀਕ ਹੈ। ਬੰਦੇ ਪਛਾਣ 'ਚ ਜੀ ਕੋਈ? ਨਹੀਂ। ਬੰਦੇ ਹੈ ਕਾਤੇ? ਇਹ ਨਹੀਂ ਪਤਾ ਕਾਤੇ ਆਏ। ਠੇਕਾ ਤੁਹਾਡਾ ਕਿੱਥੇ ਜੀ? ਸੇਖਵਾਂ। ਵਾਰਦਾਤ ਹੋਈ ਹੈ ਸੇਖਵਾਂ ਸ਼ਰਾਬ ਦੇ ਠੇਕੇ 'ਤੇ, ਉਹਦੇ ਬਾਰੇ ਕੀ ਪੁਲਿਸ ਕਾਰਵਾਈ ਕਰ ਰਹੀ ਹੈ? ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਰਾਤ ਇੱਥੇ ਇੱਕ ਜੋ ਉਹਨਾਂ ਦਾ ਠੇਕੇ ਦੇ ਕਰਿੰਦਾ ਹੈਗਾ, ਉਸ ਦੇ ਕੋਈ ਗੋਲੀ ਲੱਗੀਆਂ ਹੈਗੀਆਂ ਨੇ ਅਤੇ ਉਹ ਇਸ ਵਕਤ ਹੋਸਪਿਟਲ ਐਡਮਿਟ ਹੈਗਾ ਅਤੇ ਹਜੇ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹਦੀ ਲੱਤ 'ਚ ਗੋਲੀ ਲੱਗੀ ਹੈਗੀ ਹੈ ਅਤੇ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਪਏ ਅਤੇ ਆਪਣੀ ਜੋ ਪੁਲਿਸ ਕਾਰਵਾਈ ਉਹ ਬੰਦੀ ਕਾਰਵਾਈ ਉਹ ਕਰਦੇ। ਸਰ, ਇਹ ਜਿਹੜਾ ਇਲਾਕੇ ਦੇ ਵਿੱਚ ਬੇਖੌਫ ਅਪਰਾਧੀ ਫਿਰਦੇ ਪਏ, ਪਿੱਛੇ ਜੀ ਵੀ ਗੱਡੀ ਜਿੱਦਾਂ ਕਿਡਨੈਪ ਕਰ ਲਈ ਗਈ ਹੈ ਹਥਿਆਰਾਂ ਦੀ ਨੋਕ 'ਤੇ, ਅਤੇ ਪੁਲਿਸ ਦੇ ਖਿਲਾਫ ਫਿਰ ਹੁਣ ਕੀ ਨਾਕਾਬੰਦੀ ਕਰੇਗੀ, ਕੀ ਕਾਰਵਾਈ ਕਰ ਰਹੀ ਪੁਲਿਸ ਉਪਰਾਲੇ? ਤੁਸੀਂ ਦੇਖਿਆ ਹੋਣਾ ਕੱਲ੍ਹ ਕ੍ਰਿਸਮਿਸ ਸੀ, ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਅਤੇ ਹੁਣ ਵੀ ਨਵੇਂ ਸਾਲ ਤੋਂ ਜਿਵੇਂ ਨਵਾਂ ਸਾਲ ਆ ਰਿਹਾ ਉਹਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਕਰਦੇ ਪਏ ਹਾਂ ਅਤੇ ਇਹ ਜੀ ਅੱਗੇ ਤੋਂ ਘਟਨਾਵਾਂ 'ਤੇ ਅਸੀਂ ਸਾਡੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਅੱਗੇ ਤੋਂ ਜੇ ਘਟਨਾਵਾਂ ਨਾ ਹੋਣ ਜਾਂ ਉਹਨਾਂ ਨੂੰ ਰੋਕਿਆ ਜਾ ਸਕੇ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ।